ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਚਾਲ। ਸਵਾਗਤ ਤੁਹਾਡਾ ਇੱਕ ਹੋਰ ਗੱਲਾਂ ਬਾਤਾਂ ਦੇ ਰੋਮਾਂਚਕ ਰੋਮਾਂਚਕ ਪਹਿਲਾਂ ਨਿਕਲ ਆਇਆ, ਸੋਰੀ ਤੂੰ ਉੰਨੀ ਦੇ ਥੱਲੇ ਕਿੱਧਰ ਚਲਾ ਜਾਂਦਾ। ਤੇਰੇ ਬਿਨਾਂ ਵਲੋਗਾਂ ਵਲੋਗਰਾਂ ਵਾਂਗੂ ਨਾ ਪੇਚ ਢਿੱਲੇ ਹੋਏ ਪਏ ਆ, ਹੋ ਜਾ ਤਾਂ ਹੱਸੋ। ਸਵਾਗਤ ਹੈ ਤੁਹਾਡਾ ਹੋਰ ਗੱਲਾਂ ਬਾਤਾਂ ਦੇ ਪ੍ਰੋਗਰਾਮ ਦੇ ਵਿੱਚ। ਸੋ ਅੱਜ ਵੇਖਾਂਗੇ ਸੁਨੇਹਾ ਲਾਲੀ, ਓ ਸੋਰੀ, ਸੁਨੇਹਾ ਖਟਿਆਲ ਦੇ ਵਲੋਗ। ਜਿਮ ਜੁਆਇਨ ਕਰ ਲਿਆ, ਜਿਮ ਵਿੱਚ ਮਸਲ ਬਣਾਈ ਫਿਰਦੀ, ਆਓ ਡੋਲਿਆਂ ਤੇ ਘੁੱਗੀਆਂ ਪਵਾ, ਆ ਜਾ ਵੇਖੀ। ਹਾਂਜੀ ਗਾਈਸ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਵੈਲਕਮ ਹੈ ਤੁਹਾਡੇ ਸਾਰਿਆਂ ਦਾ ਨਵੇਂ ਵਲੌਗ ਦੇ ਵਿੱਚ। ਆਈ ਹੋਪ ਤੁਸੀਂ ਸਾਰੇ ਜਣੇ ਬਿਲਕੁਲ ਠੀਕ ਹੋਵੋਗੇ ਤੇ ਮੈਂ ਵੀ ਬਿਲਕੁਲ। ਸਾਰੇ ਜਣੇ ਠੀਕ ਹੋਵੋਗੇ, ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ। ਸਾਰੇ ਜਣੇ ਠੀਕ ਆ, ਪਰ ਤੁਹਾਡਾ ਵਲੌਗ ਵੇਖ ਕੇ ਲੋਕ ਪਤਾ ਨਹੀਂ ਕਿਉਂ ਖਰਾਬ ਹੋ ਜਾਂਦੇ, ਹਵਾ ਆ ਜਾਂਦੇ ਨੇ ਲੋਕਾਂ 'ਚ। ਕਮਾਲ ਦੀ ਗੱਲ ਆ ਨਾ, ਜਦੋਂ ਵਿਚਾਰੀ ਪਹਿਲੀ ਪਹਿਲੀ ਸੋਸ਼ਲ ਮੀਡੀਆ 'ਤੇ ਆਈ ਸੀ, ਕਿੰਨੀ ਸਿਆਣੀ ਤਾਂ ਨਹੀਂ, ਸਿਆਣੀ ਤਾਂ ਚੱਲ ਹੁਣ ਵੀ ਆ, ਪਰ ਕਿੰਨੀ ਸੀ ਭੋਲੀ ਭਾਲੀ, ਹੈ ਨਾ ਯਾਰ, ਲੱਗਦਾ ਨਹੀਂ ਸੀ ਹੁਣ ਕਾਰ ਚਲਾਉਣਾ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਚਾਲ, ਹਵਾ ਲੱਗ ਹੀ ਜਾਂਦੀ ਸੋਸ਼ਲ ਮੀਡੀਆ ਦੀ। ਕਿਮ ਦੀਦੀ ਵੱਲ ਨਾ ਵੇਖ ਤੂੰ, ਕਿਮ ਟਿਮ, ਓਹੋ, ਇਹ ਕਿੱਥੇ ਰਹਿੰਦੇ, ਨਿਊਯਾਰਕ 'ਚ ਰਹਿੰਦੇ ਆ। ਕਿਮ ਦੀਦੀ ਵੱਲ ਕਿਸੇ ਨੇ ਪੁੱਛਿਆ ਨਹੀਂ, ਦੱਸਣਾ ਜ਼ਰੂਰੀ ਸੀ। ਹਾਂ, ਵਲੌਗ ਲੰਬਾ ਕਰਨਾ ਨਾ, 3-4 ਦਿਨ ਬਾਅਦ ਆਪਾਂ ਮਿਲੇ, ਉਹ ਵੀ ਥੋੜੇ ਬਿਜ਼ੀ ਸੀਗੇ ਤੇ ਮੈਂ ਵੀ ਮਾਸੀ ਵੱਲ ਸੀਗੀ, ਤੁਸੀਂ ਪਿਛਲੇ ਵਲੌਗ 'ਚ ਦੇਖਿਆ ਹੋਣਾ। ਨਹੀਂ ਵੇਖਿਆ, ਅਸੀਂ ਪਿਛਲਾ ਵਲੌਗ ਨਹੀਂ ਵੇਖਿਆ, ਸਿਰਫ ਅਸੀਂ ਆਹੀ ਵਲੌਗ ਵੇਖਿਆ। ਹੁਣ ਕਿੱਥੇ ਚੱਲੀ ਆ? ਤੇ ਹੁਣ ਮੈਂ ਚੱਲੀ ਆ ਮੰਮਾ ਨੂੰ ਪਿਕ ਕਰਨ, ਕਿਉਂਕਿ ਪਾਪਾ ਦਾ ਫੋਨ ਆਇਆ ਆ, ਕੋਈ ਮਰੂਤੀ ਸੁਜ਼ੂਕੀ ਦੀ ਨਵੀਂ ਗੱਡੀ ਲਾਂਚ ਹੋਈ ਆ, ਤੇ ਉਹਨਾਂ ਦਾ ਫੋਨ ਆਇਆ, ਕਹਿੰਦੇ ਰਿਆ ਵੀ ਜੇ ਤੈਨੂੰ ਪਸੰਦ ਆਉਂਦੀ ਹੈ ਤੇ ਬੁੱਕ ਕਰਵਾ, ਜੇ ਨਹੀਂ ਪਸੰਦ ਆਉਂਦੀ ਤੇ ਆ ਕੇ ਦੱਸ। ਤੇ ਹੁਣ ਮੈਂ ਗੱਡੀ ਦੇਖਣ ਚੱਲੀ ਆ, ਜੇ ਤਾਂ ਪਸੰਦ ਆ ਗਈ ਤੇ ਫਿਰ ਦੇਖਦੀ ਆ, ਅੱਜ ਹੀ ਬੁੱਕ ਕਰਵਾਉਂਗੀ। ਤੁਹਾਨੂੰ ਮੈਂ ਵਲੌਗ 'ਚ ਦੱਸੂਗੀ ਕਿੱਦਾਂ ਕਿੱਦਾਂ ਆ, ਕੀ ਹਿਸਾਬ ਆ। ਵਲੌਗ 'ਚ ਹੀ ਤਾਂ ਦੱਸਣਾ ਸਾਰਾ ਕੁਛ, ਹੋਰ ਦੱਸਣਾ ਕੀ ਨਹੀਂ ਹੋ ਤੁਸੀਂ, ਹੋਰ ਕਿਸੇ ਨੂੰ ਤੁਹਾਡੇ ਕੋਲ ਜ਼ਿੰਦਗੀ 'ਚ ਹੋਰ ਕੁਛ ਬਚਿਆ ਨਹੀਂ ਕਿਸੇ ਨੂੰ ਦੱਸਣ ਨੂੰ, ਸਾਰਾ ਕੁਛ ਵਲੌਗਾਂ 'ਚ ਦੱਸਣ ਨੂੰ ਹੀ ਆ। ਕਈ ਵਾਰੀ ਨਾ ਤਾਂ ਨਹੀਂ ਕੀ ਲੈਣਾ, ਚੱਲ ਮੈਂ ਕਈ ਵਾਰੀ ਉੱਦਾਂ ਹੀ ਵਲੌਗ ਬਣ ਜਾਂਦੇ ਆ, ਕਿਸੇ ਚੀਜ਼ ਨੂੰ ਵੇਖਣ ਜਾਣਾ, ਬੁੱਕ ਕਰਾਉਣੀ ਚਾਹੇ ਨਹੀਂ ਕਰਾਉਣੀ, ਪਰ ਵਲੌਗ ਬਣਾਉਣਾ ਬਹੁਤ ਜ਼ਰੂਰੀ ਆ, ਵਲੌਗ ਤਾਂ ਨਿਕਲਦਾ ਨਾ। ਹੁਣ ਮੈਂ ਚੱਲੀ ਆ ਮੰਮਾ ਨੂੰ ਪਿੱਕ ਕਰਨ, ਮੰਮਾ ਨੂੰ ਬਿਲਕੁਲ ਨਹੀਂ ਪਤਾ ਹੈਗਾ, ਮੈਂ ਮੰਮਾ ਨੂੰ ਕਿਹਾ ਵੀ ਆਪਾਂ ਕੋਈ ਪੇਮੈਂਟ ਚੱਕਣ ਜਾਣੀ ਆ ਤੇ ਪਾਪਾ ਦਾ ਫੋਨ ਆਇਆ ਹੈ ਤੇ ਮੇਰੇ ਨਾਲ ਚੱਲੋ, ਮੈਂ ਇਕੱਲੀ ਨਹੀਂ ਜਾਣਾ ਹੈਗਾ। ਪੇਮੈਂਟ ਪੇਮੈਂਟ ਨੂੰ ਕੀ ਬੋਰਾ ਐਡਾ ਵੱਡਾ, ਮੰਮੀ ਵੀ ਆਖਦੀ ਹੋਈ ਕਿੱਡੀ ਕੁ ਬੋਰੀ ਹੈ ਜਿਹੜੀ ਇਹਦੇ ਕੋਲ ਇਕੱਲੀ ਕੋਲ ਚੱਕੀ ਜਾਂਦੀ। ਨਹੀਂ ਨਹੀਂ ਬੱਚੇ, ਆ ਮਾਂ ਆਪਕੇ ਸਾਥ ਚਲੇਂਗੇ, ਜਾਂਦੇ ਆ ਮੰਮਾ ਨੂੰ ਪਿੱਕ ਕਰਦੇ ਆ। ਪਿੱਕ ਵਲੌਗਰਾਂ ਦੀ ਜ਼ਿੰਦਗੀ 'ਚ ਨਾ ਇੱਕ ਚੀਜ਼ ਬੜੀ ਵੇਖੀ ਹੈ ਮੈਂ, ਕਿ ਇੱਕ ਵਰਡ ਨੂੰ 5-5 ਵਾਰੀ ਬੋਲਿਆ ਜਾਂਦਾ, ਪਿੱਕ 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 ਪਿੱਕ, ਮੰਮਾ ਨੂੰ ਪਿੱਕ। ਹੁਣ ਤੱਕ ਤੂੰ ਮੰਮਾ ਨੂੰ ਪਿੱਕ ਕਰ ਵੀ ਲੈਣਾ ਸੀ, ਜੇ ਤੂੰ ਫੋਨ ਬੰਦ ਕਰਕੇ ਘਰ ਵਾਲੀ ਨੂੰ ਜਾਂਦੀ ਹੁੰਦੀ ਤਾਂ ਮੰਮਾ ਨੂੰ ਪਿੱਕ ਕਰਨ ਚੱਲੇ ਹਾਂ, ਮੰਮਾ ਨੂੰ ਪਿੱਕ ਕਰਨਾ, ਮੰਮਾ ਨੂੰ ਦੱਸਿਆ ਨਹੀਂ ਹਜੇ, ਫਿਰ ਮੈਂ ਮੰਮਾ ਨੂੰ ਪਿੱਕ ਕਰਨ ਚੱਲੀ ਹਾਂ, ਸੋ ਚਲੋ ਮੰਮਾ ਨੂੰ ਪਿੱਕ ਕਰਦੇ ਹਾਂ, ਫਿਰ ਉਸ ਤੋਂ ਬਾਅਦ ਮਿਲਦੇ ਹਾਂ। ਸੋ ਪਿੱਕ ਤਾਂ ਮੈਂ ਕਰ ਲਿਆ ਮੰਮੀ ਨੂੰ, ਪਰ ਹੁਣ ਜਾਣ ਲੱਗੇ ਹਾਂ। ਸੋ ਮੰਮੀ ਨੂੰ ਜਦੋਂ ਮੈਂ ਪਿੱਕ ਕਰਨ ਗਈ ਸੀ ਉਦੋਂ ਗਰਮੀ ਬੜੀ ਸੀ, ਹੁਣ ਥੋੜ੍ਹਾ ਮੌਸਮ ਠੰਡਾ ਹੋ ਗਿਆ। ਦੀ ਮੈਂ ਤੁਹਾਨੂੰ ਯਾਦ ਕਰ ਲਾਂ ਕਰਦੀ ਹਾਂ ਮੰਮਾ ਲਈ, ਇੱਕ ਬਿਲਕੁਲ ਹੀ ਉਹ ਆ ਵੀ ਜਦੋਂ ਮੰਮਾ ਨੂੰ ਕਹਿਣਾ ਨਾ ਵੀ ਹਾਂ ਆਪਾਂ ਗੱਡੀ ਲੈਣ ਚੱਲੇ ਹਾਂ, ਉਹਨਾਂ ਕਹਿਣਾ ਫੁਕਰੀਆ ਨਾ ਮਾਰ, ਚੁੱਪ ਹੋ ਜਾ, ਗੱਡੀ ਲੈਣ ਨੂੰ ਤਾਂ ਐਂ ਜਿਵੇਂ ਨਾ ਮੈਗੀ ਦਾ ਪੈਕਟ ਨਹੀਂ ਫੜ ਕੇ ਲੈ ਕੇ ਆਉਣਾ ਦੁਕਾਨ ਤੋਂ, ਹਾਂ ਲੈ 10 ਰੁਪਏ ਦੇ ਹੀ ਦਿਓ। ਐਂ ਕੋਈ ਮਰੂਤੀ ਵਾਲੇ ਵੀ ਨਹੀਂ, ਅਲਟੋ ਵੀ ਨਹੀਂ ਦਿੰਦੇ ਅੱਜ ਕੱਲ੍ਹ, ਇੱਕੋ ਦਿਨ 'ਚ ਉੱਦਾਂ ਹੀ ਜਿੱਦੇ ਪੈਸੇ ਦੇ ਦਿਓ, ਉਹ ਵੀ ਆਖਦੇ ਬਾਈ ਇੱਕ ਦਿਨ ਖੜ ਕੇ ਆ ਜੀ, ਜਾਂ ਅੱਜ ਬੁੱਕ ਕਰਾ ਦਿਓ, ਜਾਂ ਅੱਜ ਹਾਫ ਪੇਮੈਂਟ ਕਰ ਦਿਓ। ਅਸੀਂ ਸਕੂਟਰ ਲੈਣ ਗਏ, ਸਾਨੂੰ 2 ਦਿਨਾਂ 'ਚ ਮਿਲਿਆ ਸੀਗਾ, ਪਤਾ ਨਹੀਂ ਕੀ ਹਿਸਾਬ ਹੈ ਹੋ ਰਹੀ ਆ, ਬਾਕੀ ਕਨਫਰਮ ਨਹੀਂ ਆ, ਸਿਰਫ ਹਲੇ ਦੇਖਣ ਚੱਲੇ ਆ, ਜੇ ਪਸੰਦ ਆਉਂਦੀ ਆ ਤਾਂ ਫਿਰ ਦੇਖਦੇ ਆ। ਮੈਂ ਤੁਹਾਨੂੰ ਵੀ ਦਿਖਾਉਂਗੀ, ਸਾਨੂੰ ਹੀ ਤਾਂ ਦਿਖਾਉਣੀ ਆ, ਹੋਰ ਨਹੀਂ ਆਪਾਂ ਨਾ ਘਰੇ ਆ ਕੇ ਗੱਲ ਕਰੂੰਗੀ ਜੇ ਮਨ 'ਚ ਡਾਊਟ ਹੋਇਆ। ਤੇ ਹੁਣ ਆਪਾਂ ਚੱਲਦੇ ਆ, ਮੰਮਾ ਨੂੰ ਪਿੱਕ ਕਰਦੇ ਆ ਤੇ ਤੁਹਾਨੂੰ ਉੱਥੇ ਜਾ ਕੇ ਮਿਲਦੇ ਆ। ਮੇਰੇ ਪਾਪਾ ਨੇ ਕਿਹਾ ਸੀ ਗੱਡੀ ਦੇ ਨਾ ਜਾਈ, ਉੱਥੇ ਪਾਰਕਿੰਗ ਦੀ ਜਗ੍ਹਾ ਨਹੀਂ ਮਿਲਣੀ ਰਿਹਾ, ਨਕੋਦਰ ਚੌਂਕ ਜਾਣਾ ਆ, ਉੱਥੇ ਪਾਰਕਿੰਗ ਦੀ ਜਗ੍ਹਾ ਨਹੀਂ ਮਿਲਦੀ, ਐਕਟਿਵਾ ਤੇ ਜਾਈ। ਪਰ ਮੈਂ ਗੱਡੀ ਦੇ ਹੀ ਚੱਲੀ ਹਾਂ, ਦੇਖਦੇ ਆ ਰੱਬ ਰਾਖਾ ਜੇ ਨਾ ਮਿਲੀ। ਜੇ ਪਾਰਕਿੰਗ ਨਾ ਮਿਲੀ ਤਾਂ ਗੱਡੀ ਨੂੰ ਆਂ ਟੇਡੀ ਕਰਕੇ ਖੜਾ ਦੇਣਾ, ਸਕੂਟਰੀ ਵਾਲੀ ਥਾਂ 'ਚ ਨਹੀਂ ਕਰੂਗੀ ਫਿਰ, ਤਾਂ ਕੋਈ ਚੱਕਰ ਨਹੀਂ, ਪਾਰਕਿੰਗ ਲੱਭ ਲੈਂਦੇ ਯਾਰ, ਫਿਰ ਗਾਣਾ ਖਾਊਂਗੀ ਘਰੋਂ। ਤੇ ਜੇ ਮਿਲ ਗਈ ਫਿਰ ਮੇਰੀ ਕਿਸਮਤ, ਕਰ ਲੈ ਪਿੱਕ ਪਿੱਕ, ਫਿਰ ਪਿੱਕ ਨਹੀਂ। ਨਵੀਂ ਗੱਡੀ ਲਾਂਚ ਹੋਈ ਹੈ ਮਰੂਤੀ ਸੁਜ਼ੂਕੀ ਵਾਲਿਆਂ ਦੀ, ਪਾਪਾ ਕਹਿੰਦੇ ਦੇਖ ਕੇ ਆਓ ਜਾ ਕੇ। ਅੱਛਾ, ਮੰਮੀ ਨਾ ਤੇ ਕਹਿੰਦੇ ਮੰਮਾ ਨੂੰ ਗਿਫਟ ਕਰੀਏ, ਨਵੀਂ ਗੱਡੀ ਲੈ ਕੇ ਆਈਏ ਜਾ ਕੇ। ਹੁਣ ਆਪਾਂ ਲਗਾਉਂਦੀ ਤਾਂ ਹੈ, ਆਪਾਂ ਹੁਣ ਗੱਡੀ ਲੈਣ ਚੱਲੇ ਆ ਨਾ। ਦੇਖਣ ਚੱਲੇ ਆ, ਦੇਖਣ ਚ ਕੀ ਜਾਂਦਾ, ਵਲੌਗ ਬਣਾਉਣ ਚ ਕੀ ਜਾਂਦਾ ਆ। ਕਿਹਾ ਸੀ ਨਾ ਮੈਂ, ਟਾਈਮ ਹੋ ਗਿਆ 5:52 ਤੇ 6:30 ਵਜੇ ਪਾਪਾ ਕਹਿੰਦੇ ਸ਼ਾਇਦ ਉਹ ਬੰਦ ਹੋ ਜਾਣਾ ਆ। ਤੇ ਹਾਲ ਦੇਖਿਓ ਚੌਂਕ ਦਾ ਪੂਰੇ, ਇਧਰੋਂ ਵੀ ਟ੍ਰੈਫਿਕ ਨਾ, ਉਧਰ ਵਾਲੇ ਤੁਰਦੇ ਪਏ ਆ ਤੇ ਇਧਰੋਂ ਵੀ ਟ੍ਰੈਫਿਕ ਆ, ਆਪਸ ਚ ਗੁੱਥਮ ਗੁੱਥੀ ਹੋਏ ਗੁੱਥਮ ਗੁੱਥੀ।
ਇਹ ਲੱਗਦੇ ਨਹੀਂ ਪੜ੍ਹੇ ਲਿਖੇ ਹੋਣਗੇ ਵੈਸੇ ਗੁੱਥੋਂ ਗੁੱਥੀ ਪਿੰਡਾਂ ਵਾਲਿਆਂ ਨੇ ਆਹ ਭਾਸ਼ਾ ਬੋਲਣਾ ਛੱਡਤੀ ਪਤਾ ਨਹੀਂ ਜਦੋਂ ਕਿਤੇ ਜਲਦੀ ਜਾਣਾ ਹੁੰਦਾ ਉਦੋਂ ਜਾਮ ਮਿਲਦਾ ਅਦਰਵਾਈਜ਼ ਇਹ ਤਾਂ ਗੱਲ ਜਾਇਜ਼ ਹੈ ਹੋਰ ਟ੍ਰੈਫਿਕ ਪੁਲਿਸ ਖੜੀ ਹੈ ਉਹ ਦੇਖੋ मैं सरी चली मैं नौ लवाले मिलते हैं जी मैं नौ लवा के घरे आ गई चलो सवेरे मिलते हैं जी पता नहीं कदों रजन गए मिल मिल के नैक्सा शोरूम च मिलते हैं तुम मिलो भाई मरुति वाले असि मिलने हैं देखिए अंदर जाके थानू दिखाने प्राव हाँ हाँ यार गड्डी मेनू तो सोनी लगी बाकी देख दे यार अंदर बैठ गए तो कहते मेरे मैसेज आ गया सी हाँ जेते मैं बंदा 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 हो जाना ये पहले के जा सकते हैं क्योंकि सेवन सीटर देने हैं ਗੱਲਾਂ ਇਹਨਾਂ ਦੀ ਵੀ ਆ ਬਸ ਮੂੰਹ 'ਚੋਂ ਨਿਕਲ ਗਈਆਂ ਬਾਅਦ 'ਚੋਂ ਪਤਾ ਲੱਗਦਾ ਬੋਲੇ ਕੀ ਅਸੀਂ ਜੇ ਬੰਦਾ ਪਾ ਪੋ ਕੇ ਲੈ ਕੇ ਜਾਣਾ ਹੋਵੇ ਤਾਂ ਲੈ ਕੇ ਜਾ ਸਕਦੇ ਹਾਂ ਸੈਵਨ ਸੀਟਰ ਵਰਗੀ ਤਾਂ ਨਹੀਂ ਪਤਾ ਨਹੀਂ ਕੀ ਉਹ ਬੰਦੇ ਬਹਿ ਕੇ ਜਾਂਦੇ ਆ ਸੈਵਨ ਸੀਟਰ 'ਚ ਨਾ ਕਿ ਪੈ ਕੇ ਬੰਦਾ ਪਾ ਕੇ ਆਪ ਤੁਸੀਂ ਮਸਾਂ ਪਹੁੰਚਦੇ ਹੋ ਬੰਦਾ ਪਾ ਕੇ ਲੈ ਕੇ ਜਾਣਾ ਚੱਲਦਾ ਲੱਗਦਾ ਆਈ 20 ਵਰਗੀ ਹੈ ਹਾਂ ਮੈਨੂੰ ਤਾਂ ਸੋਹਣੀ ਲੱਗੀ ਗੱਡੀ ਉਹਨਾਂ ਨੇ ਪ੍ਰਾਈਸ ਵੀ ਦਿੱਤੀ ਹੈ ਪਰ ਉਹ ਸੋਹਣੀ ਲੱਗੀ ਟੌਪ ਮਾਡਲ ਪਾਪਾ ਕਹਿੰਦੇ ਥੱਲੇ ਵਾਲਾ ਲੈ ਲਓ ਢਿੱਲੋ ਪ੍ਰੀਤ ਲਾਈਟ ਬਣੀ ਹੋਈ ਹੈ ਕਾਰਾਂ ਦੇ ਵਲੌਗ ਬਣਾਉਣ ਲੱਗ ਗਏ ਨੂੰ ਆਏ ਆ ਵੀ ਚੱਲ ਜਾਣਾ ਕੰਮ ਜਿਮ ਵਾਲਾ ਸੀਨ ਕਿੱਥੇ ਹੈ ਜਿਮ ਲਾਣ ਗਈ 20 ਵਰਗੀ ਲੱਗੀ ਪਰ ਸੋਹਣੀ ਹੈ ਗੱਡੀ ਉੱਚੀ ਹੈ ਅੰਡਾਵਰ ਤਾਂ ਵੀ ਉੱਚੀ ਆ 20 ਵਰਗੇ ਆ ਅੱਛਾ ਹੰਡਾਈ ਦਾ ਲੋਗੋ ਲਾ ਦੋ ਫਿਰ ਇੱਥੇ ਉਹਨੇ ਪਾਪਾ ਮੈਨੂੰ ਇੰਨੀ ਜ਼ਿਆਦਾ ਮੈਂ ਤੁਹਾਨੂੰ ਕਹਾਂ ਇੰਨੀ ਖਾਸ ਨਹੀਂ ਲੱਗੀ ਹਾਏ ਓ ਰੱਬਾ ਪਹਿਲਾਂ ਕਹਿੰਦੀ ਅੱਡੀ ਸਿਰਾ ਲੱਗੇ ਟੌਪ ਮਾਡਲ ਸਿਰਾ ਇੰਨੀ ਖਾਸ ਨਹੀਂ ਲੱਗੀ ਗੱਡੀ ਆਪਾਂ ਦੇਖ ਆਇਆ ਤੁਸੀਂ ਵੀ ਦੇਖੀ ਹੋਣੀ ਆ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਦੀ ਲੱਗੀ ਸ਼ਾਨਣ ਵਧੀ ਲੱਗੀ ਮੈਂ ਹਲੇ ਬੁੱਕ ਨਹੀਂ ਕਰਾ ਕੇ ਆਈ ਮੈਂ ਕਿੱਦਾਂ ਦੀ ਲੱਗੀ ਠੀਕ ਆ ਮੈਨੂੰ ਤਾਂ ਸੋਹਣੀ ਲੱਗੀ ਪਰ ਟੌਪ ਮਾਡਲ ਹੋਣਾ ਬਸ ਹੈਗਾ ਆ ਉਹ ਪੁੱਛਿਆ ਕਿਸੇ ਨੇ ਕਿ ਫੰਡ ਇਕੱਠੇ ਕਰਨੇ ਇੱਥੋਂ ਲੋਕਾਂ ਤੋਂ ਨਹੀਂ ਨਾ 11 ਦਾ ਹੀ ਪੈ ਜਾਣਾ ਆ ਕਰ ਕਰਾ ਕੇ ਸਾਰਾ ਕੁਝ ਹਾਂ ਸੋਹਣਾ ਆ ਜਿਹੜਾ ਲੋਅਰ ਮਾਡਲ ਹੈ ਉਹ ਹੈਗਾ ਆ 8.5-9 ਦਾ ਅੱਛਾ ਲੱਖ ਡੇਢ ਲੱਖ ਦਾ ਫਰਕ ਹੈ ਪਰ ਫਾਇਦਾ ਟੌਪ ਮਾਡਲ ਲੈਣ ਦਾ ਹੀ ਹੈ ਬਾਕੀ ਹੁਣ ਵੀ ਪੈ ਜਾਊਗਾ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਤੁਹਾਨੂੰ ਤਾਂ ਵਧੀਆ ਲੱਗੀ ਵੀ i20 ਹੈਗੀ ਆ ਹੁਣ ਉਸ ਤੋਂ ਬਾਅਦ ਉਹ ਵਾਲੀ ਲੈਣੀ ਵਰਥ ਹੈਗੀ ਆ ਕਿ ਨਹੀਂ ਮੈਨੂੰ ਕਮੈਂਟ ਕਰਕੇ ਦੱਸਿਓ ਜੇ ਕਿਸੇ ਨੂੰ ਨੌਲੇਜ ਹੈ ਗੱਡੀਆਂ ਦੀ ਤੇ ਮੈਂ ਦੱਸਿਓ ਫੈਰਨੌਕਸ ਕਰਕੇ ਗੱਡੀ ਹੈ ਨੈਕਸਾ ਦੀ ਮਰੂਤੀ ਸੁਜ਼ੂਕੀ ਟਰੱਕ ਲੈ ਲਓ ਛੋਟਾ ਥਿੱਲੜ ਥੋੜਾ ਉੱਚਾ ਹੁੰਦਾ ਟੈਸਟ ਕੀਤੀਆਂ ਇੱਕ ਬਰੀਜ਼ਾ ਕਹਿੰਦੇ ਦੇਖਾ ਜਿਹੜੀ ਵੀ ਮਤਲਬ ਮਾਡਲ ਹਾਲੇ ਨਵਾਂ ਆਇਆ ਆ ਪਤਾ ਨਹੀਂ ਤੇ ਇੱਕ ਪਾਪਾ ਨੇ ਕਿਹਾ ਮੈਨੂੰ ਟਾਟਾ ਨੈਕਸਨ ਦੇਖਿਆ ਤੇ ਉਹ ਆਪਾਂ ਦੋਨੋਂ ਗੱਡੀਆਂ ਦੇਖ ਕੇ ਆਉਨੇ ਆ ਫਿਰ ਉਹਦਾ ਪਤਾ ਕਰਕੇ ਆਉਨੇ ਆ ਕੀ ਆਈਂਦੇ ਨਾ ਵੀ ਫਰਕ ਹੈ ਕੀ ਨਹੀਂ ਕੀ ਹਿਸਾਬ ਹੈ ਮਮਾ ਦੇਖ ਲਿਓ ਉਹ ਅੱਗੇ ਨਾ ਨਿਕਲ ਜੀ ਆਪਾਂ ਤੇ ਮੈਂ ਪਾਪਾ ਨੂੰ ਕਿਹਾ ਪਾਪਾ ਥਾਰ ਕਹਿੰਦੇ ਨਹੀਂ ਉਹ ਫੈਮਿਲੀ ਕਾਰ ਨਹੀਂ ਹੈ ਉਹ ਨਹੀਂ ਥਾਰ ਸਸਤੀ ਨੀ ਹੋਈ ਹੋਈ ਮੇਰੇ ਹਿਸਾਬ ਨਾਲ 4x2 ਆਈ ਉਹ ਹਨਾ 4x4 ਵਾਲਾ ਮਾਡਲ ਚੱਕ ਤੱਕ 4x2 ਆ ਗਈ ਮੈਂ ਥਾਰ ਲੈਣ ਦਾ ਫਾਇਦਾ ਵੀ ਕੀ ਹੈ 4x4 ਯਾਰ ਜਨਤਾ ਨੇ ਚਲਾਉਣੀ ਤਾਂ ਸੜਕਾਂ ਤੇ ਹੁੰਦੀ ਹੈ 4x4 ਤਾਂ ਯਾਰ ਜੇ ਪਹਾੜਾਂ ਪੂਣਾ ਤੇ ਰਹਿੰਦਾ ਹੋਵੇ ਬਾਕੀ ਪੂਰਾ ਖਲਾਰਾ ਪੈਂਦਾ ਫਿਰ ਤਾਂ ਆਕੇ ਜਨਤਾ 4x4 ਲੈ ਲੈਂਦੀ ਹੈ 16-17 ਲੱਖ ਰਹਿਣਾ ਰੋਡਾਂ 'ਤੇ ਚਲੋ ਆਪਦੇ ਆਪਦੇ ਪੈਸੇ ਆ ਪਰ ਥਾਰ ਜਦੋਂ ਲੈਣੀ ਨਹੀਂ 6 ਵਾਰੀ ਥਾਰ ਦਾ ਨਾਂ ਲੈਣ ਦੀ ਲੋੜ ਕੀ ਹੈ ਪਰ ਫਿਰ ਵੀ ਕਹਿੰਦੇ ਨਹੀਂ ਇਹਦਾ ਫਾਇਦਾ ਨਹੀਂ ਉਹਦਾ ਕੋਈ ਤੇ ਆਪਾਂ ਨਾ ਭਾਣਾ ਭੂੜਾ 'ਚ ਜਾਣਾ ਹੁੰਦਾ ਕਿਤੇ ਇੱਥੇ ਲੋਕਲੀ ਚਲਾਉਣੀ ਹੁੰਦੀ ਹੈ ਮੈਂ ਕਿਹਾ ਚਲੋ ਠੀਕ ਹੈ ਕੋਈ ਨਹੀਂ ਮੈਂ ਲਊਂਗੀ ਕਦੀ
ਉਹੀ ਤਾਂ ਲੱਗ ਗਿਆ ਦੇਖਣ ਨੂੰ ਕਿਤੇ ਗਲ ਬੜਾ ਪੈਂਦੇ ਆ ਇੱਜ਼ਤ ਬਹੁਤ ਕਰਦੇ ਆਪਦੇ ਘਰਦਿਆਂ ਦੇ ਬੱਚੇ ਮੈਂ ਵੇਖੇ ਆ ਮੈਨੂੰ ਲੱਗਦਾ ਸ਼ੋਰੂਮ ਪਿੱਛੇ ਨਿਕਲ ਗਿਆ ਤੇ ਮੈਂ ਹੁਣ ਦੇਖ ਲਵਾਂ ਯਾਰ ਜਿਹੜੀ ਆਪਾਂ ਲੈਣੀ ਹੁੰਦੀ ਆ ਉਹ ਖੜੀ ਨਹੀਂ ਹੁੰਦੀ ਮੰਮੀ ਕਹਿੰਦੇ ਉਹਨਾਂ ਨੂੰ ਕਹਿ ਦੇ ਟੌਪ ਮਾਡਲ ਦੇਖਣਾ ਆਪਾਂ ਜੀ ਹਰ ਹਾਂ ਯਾਰ कार व्लॉग गाइस ए बनूगी हर गैरेज वाली ऊंची गड्डी लेनी है ऊंची गड्डी लेनी है नाले ऊंची भी आ ते देखते हैं पापा कहंदे बुकिंग करा के आवांगे मेरे नाल चली फिर आपा बुक करवावांगे ते मॉडल व्लॉग बनाई जंदी है सानू दो मॉडल पसंद गल कितने करींदे इधर वेख के टॉप मॉडल ऑटोमेटिक कैमरे तो झकदी नहीं है उस तो थोड़ा ज्यादा थल्ले हां ते अच्छा उसके विच दो तीन चीजें जैसे वायरलेस चार्जिंग सनरूफ वगैरह दी वो हैगी है मतलब कंपैरिजन से एक दो चीजें काट है रब्बा मेरे चलो जी जिम शिम ला गबरू दी गबरू दी वाइफ गबरू तो कितने जिम ला जिम लाने गई ब्लॉग बना कमाल की जिंदगी है मैं एक चीज वेखी है जिहड़ियां कुड़ियां जिम लाउंदियां मोस्टली कोई कुड़ी नहीं होती जिहड़ी जिम लाउंदी होवे वधिया ऐ मेंटेन हुंदी होगी पर उहने कदे स्ट्रीक नहीं पाई होनी जिम च जां कदे ब्लॉग नहीं पाया होना फाइनली गाइस मैं जिम तो आ गई सी की अच्छा पुछया किसे ने नहीं मौसम भी सोहना रील बदल रील की ब्लॉगा बदलों के बड़े फैन मौसम चलो ਵਲੌਗ ਜਿੰਮ ਵਾਲਾ ਸੀਗਾ ਬਸ ਜਿੰਮ ਗਈ ਵੀ ਦੋ ਮਿੰਟ ਸੀਨ ਪਾਇਆ ਜਿੰਮ ਦਾ ਚਲੋ ਜੀ ਵਲੌਗ ਲੰਘ ਗਿਆ ਕੋਈ ਚੱਕਰ ਹੀ ਨਹੀਂ ਇਹ ਤਾਂ ਵਲੌਗ 'ਚ ਹੈ ਨਹੀਂ ਵੈਸੇ ਕੱਢਣ ਫੋਨ ਨੂੰ ਮੈਂ ਵੇਖਿਆ ਵੈਸੇ ਜਿੰਮ ਸਬਜ਼ੀਆਂ ਲੈਂਦੀ ਫਿਰਦੀ ਹੈ ਜਿੰਮ ਕਰਕੇ ਪਹਿਲਾਂ ਬੁਕਿੰਗਾਂ ਕਰਾਈ ਜਾਂਦੀ ਕਾਰਾਂ ਦੀ ਬਾਅਦ 'ਚ ਸਬਜ਼ੀਆਂ ਇਕੱਠੀਆਂ ਕਰੀ ਜਾਂਦੀ ਹੈ ਸ਼ੋਪਿੰਗ ਆਪੇ ਕਰਨੀ ਮੈਂ ਸ਼ੋਪਿੰਗ ਮੈਂ ਸਾਰੀਆਂ ਵੈਜੀਟੇਬਲਸ ਲੈ ਲਈਆਂ ਆ ਚਿਕਨ ਲੈ ਲਿਆ ਆ ਤੇ ਹੋਰ ਕੀ ਹੁੰਦਾ ਆ ਜੂਸ ਪੀ ਲਿਆ ਆ ਰੋਜ਼ ਹੁਣ ਆਪਣੀ ਆਹੀ ਰੂਟੀਨ ਰੱਖਣੀ ਆ कुछ आया था नहीं ब्लॉग च कढ़न पान नू देर बाद मिले हुण ना नहीं नहीं आंटी तुसी रखो होर गल्लां दी गल्लां बंदा चंगा ही एक चीज मैं सुनी व्लॉगां च कमेंट है सब कुछ पता नहीं मच्छर जवाक कित्थों टक्करे अल पुट्ठा ही कैमरा पुट्ठे व्लॉग कोई चक्कर नहीं टाइम नहीं होंगे एडिटिंग करने का बस जिम जिम पै गए नींद व्लॉग एडिट करते हैं इन्होंने कहना सुख संगठ रखा एडिट करने आपका कैमरा सीधा कर लिया मैं भी व्लॉग बना ऐ करके व्लॉग बनाते ना तो फिर आप ए करके किसी की वीडियो बना लेंगे ऐ वीडियो बना के फिर आप कर लें मैं सलाह देना व्लॉग व्लॉग बनाते जेडे जो ऐ वीडियो बनाने ना ए करके हाँ जी गाइस ऐ तो कैमरा ए घुमा दिया करो जिदे बना हो वीडियो वो सौखी बन जाती है ना थोड़ा कैमरा एडिट करके घुमा की लड़ नहीं पैंती एक काम ज्यादा वधिया व्लॉगों से कुछ है नहीं कटन पान चल पता नहीं किमें जाते हैं बोली बड़ी
ਕੀ ਕਰੀਏ ਯਾਰ ਇਹਦੇ ਵਲੌਗਾਂ 'ਚ ਹੈ ਨਹੀਂ ਕੁਛ ਵੈਸੇ ਮੈਂ ਦੇਖ ਲਿਆ दारू भी नहीं पींदा जरदा भी नहीं खांदा पर काम सेट नहीं आया चल कोई गल नहीं मालक दे रंग है भाई आप दी थोड़ियां चॉइसां सीगियां सो कोई गल नहीं व्लॉगां च है कुछ नहीं कड्ढन पाउण नूं जिम वाले व्लॉग वेख जिम वाला व्लॉग जिम आया ही नहीं कुछ आ दो स्ट्रीकां पातियां स्ट्रीकां तो भी थोड़ा समान सी उहदे तां फुटेज सो ओके जी भाई मिलते हैं फिर अगले गल्लां बातां दे रोमांचिक प्रोग्राम दे विच सबसक्राइब करके जायो चैनल नूं जिम लानी है जिम स्टोरियां पा के आए हैं व्लॉग बना के आए नहीं हैं कार नहीं लीती उत्थों ढिलो परी तो बनी रही फिर जिम चल गई फिर बन गई ये जिम वाला कहड़ा बंदा कोई होना तो फिर उस तो बाद करे रोटी